ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੱਜਣ ਪਿਆਰਿਆਂ ਨੂੰ, ਮਿੱਤਰਾਂ ਤੇ ਵੇਲੀਆਂ ਤੇ ਉਹਨਾਂ ਦੀਆਂ ਸਹੇਲੀਆਂ ਨੂੰ। ਇਹ ਆਪਾਂ ਨਵਾਂ ਡਾਇਲੋਗ ਸੋਚਿਆ ਵੀ ਏਦਾਂ ਬੋਲਿਆ ਕਰਨਾ ਜਦੋਂ ਵੀ ਆਪਾਂ ਵਲੌਗ ਦੀ ਸ਼ੁਰੂਆਤ ਕਰਿਆ ਕਰਨੀ ਹੈ। ਠੀਕ ਹੈ ਨੰਨਾ ਛਿੰਗ ਤੇ ਹਾਂਜੀ, ਅੱਜ ਰੈਸਪੀ ਵਾਲਾ ਵਲੌਗ ਭੱਜ ਵੀ ਗਿਆ, ਭੱਜੀ ਦਾ ਥੋੜ੍ਹੀ ਹੁੰਦਾ ਫਿਰ। ਤੇ ਅੱਜ ਤੁਸੀਂ ਦੇਖ ਰਹੇ ਹੋ ਵੀ ਦੋ ਦੋ ਮਾਈਕ ਲਾਏ ਹੋਏ ਨੇ, ਮੈਂ ਵੇਖਦਾ ਵੀ ਆਵਾਜ਼ ਕਿਤੇ ਵਧੀਆ ਆ ਜਾਵੇ, ਜ਼ਿਆਦਾ ਆ ਜਾਵੇ, ਤਾਂ ਦੋ ਦੋ ਮਾਈਕ ਲਾਏ ਆ ਤੇ ਦੋ ਦੋ ਇਸ ਕਰਕੇ ਲਾਏ ਵੀ ਇੱਕ ਆਪਾਂ ਮਨਪ੍ਰੀਤ ਦੇ ਦੇਣਾ। ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ, ਕੀ ਕਹਿ ਰਹੇ ਹੋ? ਅੱਜ ਅਸੀਂ ਬਣਾਉਣ ਜਾ ਰਹੇ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਨਹੀਂ ਜੀ, ਅੱਜ ਅਸੀਂ ਬਣਾਉਣ ਜਾ ਰਹੇ ਕਸਟਰਡ, ਅੱਜ ਕਸਟਰਡ ਬਣਾਉਣ ਜਾ ਰਹੇ ਹਾਂ ਤੇ ਉਹਦੀ ਕਸਟਰਡ ਰੈਸਪੀ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ। ਠੀਕ ਹੈ ਜੀ, ਤੇ ਨਾਲ ਨਨੂ ਦੀਆਂ ਆਪਾਂ ਤੁਹਾਨੂੰ ਪਿਆਰੀਆਂ ਪਿਆਰੀਆਂ ਗੱਲਾਂ ਉਹ ਸੁਣਾਵਾਂਗੇ। ਤੇ ਹਾਂਜੀ, ਇੱਧਰ ਮੰਮੀ ਪਏ ਹੋਏ ਨੇ, ਠੰਡ ਬਹੁਤ ਹੋ ਗਈ ਪਈ, ਠੰਡ ਬਹੁਤ ਹੋਈ ਪਈ ਯਾਰ। ਟਿਊਸ਼ਨ ਗਈ ਹੈ ਨਾ ਤੇ ਮੈਡਮ ਮੈਨੂੰ ਕੋ ਮੰਗਦੀ ਹੈ ਫੀਸ। ਅੱਛਾ, ਤੇ ਮੈਨੂੰ ਕਹਿੰਦੀ ਆ ਕੇ ਚੁੱਪ ਕਰਕੇ ਨਾ ਫੀਸ ਦੇ ਦਿਓ, ਕਹਿੰਦੀ ਮੇਰੀ ਬੇਇੱਜ਼ਤੀ ਹੁੰਦੀ ਹੈ ਉੱਥੇ। ਮੈਡਮ ਕਹਿੰਦੀ ਫੀਸ ਲੈ ਕੇ ਆ, ਤੈਨੂੰ ਕਿਹੜੀ ਟੈਨਸ਼ਨ ਆ ਫੀਸ ਦੀ ਹੈ, ਬੇਇੱਜ਼ਤੀ ਹੋ ਗਈ ਹਾਂਜੀ। ਤੇ ਇਹ ਆਪਣੀ ਕਸਟਰਡ ਵਾਸਤੇ ਇਹ ਜਿਹੜੇ ਕਿਰੀਆਂ ਬਦਾਮ ਤੇ ਆ ਛੋਲੇ, ਕੀ ਇਹ ਪਾਪੜੀ? ਇਹ ਤਾਂ ਪਾਪੜੀ ਵਾਲਾ ਭੁਜੀਆ ਹੈ, ਥੋੜੀ ਕਮ ਚਾਹੀਦਾ। ਤੇ ਇਹ ਆਪਾਂ ਹੁਣ ਇਕੱਠਾ ਕਰ ਰਹੇ ਹਾਂ। ਠੀਕ ਹੈ ਨਾ, ਵੇਟ ਇਹ ਤਿੰਨਾਂ ਚ ਪਾ ਲਿਆ। ਅੱਛਾ, ਆ ਰਹੀ ਸੌਗੀ, ਹਾਂ ਆ ਰਹੇ ਕਾਜੂ, ਆ ਰਹੇ ਵਿੱਚ ਕਾਜੂ। ਇਹਨਾਂ ਨੂੰ ਕਾਜੂ ਬੜੇ ਥੋੜੇ, ਕੀ ਗੱਲ ਯਾਰ? ਮੈਂ ਇੱਥੇ ਰੱਖੇ ਸੀ, ਹੁਣ ਪਤਾ ਨਹੀਂ ਇੱਥੋਂ ਗਾਇਬ ਹੀ ਹੋ ਗਏ ਨੇ। ਨਹੀਂ ਹੈਗੇ ਆ ਸੱਚ, ਕਾਜੂ ਮੈਂ ਰੱਖੇ ਆ ਲਿਫਾਫੇ ਦੇ ਵਿੱਚ, ਮੈਂ ਦੱਸਦਾ ਤੈਨੂੰ ਇੱਕ ਸੈਕਿੰਡ ਦੇ ਦੋ। ਇਹਦੇ ਵਿੱਚ ਉਹ ਵੀ ਹੈ, ਦੂਜੇ ਵੀ ਰਸ ਵਗੈਰਾ ਆਪਣਾ ਨੁਕਸਾਨ ਹੀ ਹੋਇਆ ਤੇ ਆਵਾਜ਼ ਆਪਣੀ ਬਿਲਕੁਲ ਸਹੀ ਨੀ ਆਈ ਹੈਗੀ ਹੈ ਨਾ। ਉਹ ਪਤਾ ਨੀ ਮਤਲਬ ਨਾ, ਮਤਲਬ ਸਹੀ ਨੀ ਆਈ, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ। ਠੀਕ ਹੈ ਜੀ, ਡਬਲ ਡਬਲ ਮਾਈਕ ਲਾਉਂਦਾ ਇਹ ਨੁਕਸਾਨ ਹੋਇਆ। ਤੇ ਚਲੋ ਜੀ, ਹੁਣ ਆਪਾਂ ਚੱਲਦੇ ਹਾਂ ਰਸੋਈ ਦੇ ਵਿੱਚ। ਠੀਕ ਹੈ ਜੀ, ਮਿਹਨਤਾਂ ਕਰਦੇ ਹਾਂ, ਬਹੁਤ ਜ਼ਿਆਦਾ ਗਰਮੀ ਹੈ, ਤੁਸੀਂ ਆਪਣੇ ਹਿਸਾਬ ਲਾ ਲਓ ਵੀ ਇੰਨੀ ਗਰਮੀ ਦੇ ਵਿੱਚ ਆਪਾਂ ਕਿੱਦਾਂ ਵੀਡੀਓ ਬਣਾਉਣੀ ਹੈ। ਠੀਕ ਹੈ, ਹਾਂਜੀ। ਅਤੇ ਕੜਾਹੀਆਂ ਰੱਖ ਦਿੱਤੀਆਂ, ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਯਾਰ ਕੜਾਹੀ, ਵਾਓ। ਅਤੇ ਥੋੜ੍ਹਾ ਥੋੜ੍ਹਾ ਪਾਣੀ, ਚਲੋ ਇਹ ਤਾਂ ਸੜ ਜਾਣਾ ਅੱਗ ਦੇ ਨਾਲ ਜਦੋਂ ਅੱਗ ਲਾਈ। ਅਤੇ ਆਹ ਆਪਣਾ ਆ ਗਿਆ ਕਸਟਰਡ, ਆ ਗਿਆ ਆਪਣਾ ਦੁੱਧ, ਅਤੇ ਆਹ ਆਪਣੇ ਉਹ ਗਿਰੀਆਂ ਬਦਾਮ ਅਤੇ ਜੋ ਵੀ ਹੈ ਨਾ। ਕਹਿ ਰਹੇ ਹੋ ਲੱਕੜੀ ਵਾਲੀ ਕੜਛੀ? ਹਾਂ, ਮੈਂ ਆਪਾਂ ਲੈ ਕੇ ਨਹੀਂ ਸੈਕ ਯਾਰ, ਕਮਰੇ ਵਿੱਚ ਤਾਂ ਨਹੀਂ ਧਰਤੀ, ਭੁੱਲ ਕੇ ਰੱਖ ਕੇ। ਚਲ ਮੈਂ ਦੇਖਦਾ। ਤੇ ਇੱਕ ਚੀਜ਼ ਹੋਰ, ਆ ਫੈਣੀਆਂ, ਇਹਨੇ ਗੱਲਬਾਤ ਬਣਾਉਣੀ ਆ। ਦੇਖੋ ਇੱਥੇ ਬਣੀ ਵੀ ਹੋਈ ਹੈ ਨਾ, ਆ ਦੇਖਣਾ ਇਹਦੇ ਕਸਟਰਡ ਬਣੀ ਹੋਈ ਹੈ ਮਨਪ੍ਰੀਤ ਹੈਨਾ। ਚਲੋ ਜੀ, ਹਾਂਜੀ। ਤੇ ਪਹਿਲਾਂ ਸਭ ਤੋਂ ਪਹਿਲਾਂ ਪਾਇਆ ਘਿਓ, ਓਏ ਹੋਏ ਹੋਏ ਛਿੱਟੇ ਪੈ ਗਏ ਭਰਾਵਾ, ਬਸ ਹਾਂਜੀ। ਤੇ ਹੁਣ ਆਪਾਂ ਪਾਤੀਆਂ ਇਹਦੇ ਚ ਫੈਣੀਆਂ, ਕਿੰਨੀਆਂ ਸੋਹਣੀਆਂ ਲੱਗ ਰਹੀਆਂ ਯਾਰ, ਵਾਹ ਜੀ ਵਾਹ, ਤੀਲੇ ਜੇ ਬਸ, ਜ਼ਿਆਦਾ ਐ ਲੱਗਦਾ ਘਾਹ ਫੂਸ ਜਿਹਾ।
ਹੈ ਨਾ। ਅੱਜ ਸਮਾਨ ਪਿਆ ਸੀ ਘਰ ਦੇ ਵਿੱਚ ਕੁਛ ਇਹਦੇ ਨਾਲ ਰਿਲੇਟਡ, ਫਿਰ ਮੇਰਾ ਦਿਲ ਕੀਤਾ ਵੀ ਆਪਾਂ ਚੱਲ ਬਣਾ ਹੀ ਲਈਏ ਹੈ ਨਾ। ਤੇ ਕਾਫੀ ਦਿਨਾਂ ਤੋਂ ਸਾਡੀ ਸਲਾਹ ਬਣ ਰਹੀ ਸੀ ਕਸਟਰਡ 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 ਕਰਦੇ ਕਰਦੇ, ਕਿੰਨੇ ਦਿਨ ਹੋ ਗਏ ਨੇ ਹੈ ਨਾ, ਤੇ ਅੱਜ ਵਿਚਾਰੇ ਕਸਟਰਡ ਦੀ ਵਾਰੀ ਆਈ ਹੈ ਫਾਈਨਲੀ। ਯੈਸ ਹੋਰ ਕੀ, ਤੇ ਦੇਖਦੇ ਹਾਂ। ਬਾਕੀ ਇਹ ਆ ਵੀ ਮੇਨ ਗੱਲ ਇਹ ਹੈ ਵੀ ਬਣਨਾ ਵਧੀਆ ਚਾਹੀਦਾ ਐਂਡ 'ਚ। ਵਾਹਿਗੁਰੂ ਬਾਬਾ ਜੀ, ਕਿਉਂਕਿ ਤੁਹਾਨੂੰ ਪਤਾ ਵੀ ਸਾਰੀਆਂ ਕੀਮਤੀ ਚੀਜ਼ਾਂ ਪੈਣੀਆਂ ਤੇ ਵੇਸਟ ਨਹੀਂ ਹੋਣੀ। ਜੇ ਚਲੋ ਵੇਸਟ ਤਾਂ ਨਹੀਂ ਹੋਣੀਗੀ, ਮਤਲਬ ਆਪਾਂ ਕਿਹੜਾ ਮਹਿਮਾਨਾਂ ਨੂੰ ਖਵਾਉਣੀ ਹੈ, ਆਪਾਂ ਆਪ ਹੀ ਖਾਣੀ ਹੈ। ਜੇ ਖਰਾਬ ਵੀ ਹੋਈ ਤਾਂ ਚਲੋ ਕੋਈ ਗੱਲ ਨਹੀਂ, ਬਟ ਹੋਪ ਕਰਦੇ ਹਾਂ ਵੀ ਵਧੀਆ ਹੀ ਬਣੇਗੀ। ਠੀਕ ਹੈ ਨਾ, ਹਾਂਜੀ। ਤੇ ਹੁਣ ਵਿੱਚ ਪੈਣ ਲੱਗਾ ਦੁੱਧ, ਜਲ ਗਈਆਂ ਥੋੜੀਆਂ ਜਿਹੀਆਂ ਬਾਈ। ਵੈਰੀ ਗੁੱਡ, ਵਾਹ ਯਾਰ, ਕਸਟਰਡ ਤਾਂ ਪਾਇਆ ਨੀ, ਪਾਵਾਂਗੇ, ਭੇਦ ਨਾ ਖੋਲੀ ਜਾਓ ਪਹਿਲਾਂ ਹੀ। ਗੈਸ ਤੇਜ਼ ਕਰ ਦੋ ਥੋੜਾ ਜਿਹਾ, ਤੇਜ਼ ਕਰਾਂ। ਇੱਧਰ ਨੂੰ ਹੋਣਾ, ਇੱਧਰ ਨੂੰ ਤੇਜ਼ ਹੋਣਾ, ਹੋ ਗਿਆ ਤੇਜ਼। ਸ਼ੈਫ ਬਣ ਜਾਣਾ ਯਾਰ, ਸਰਕਾਰੀ ਟੀਚਰ ਦੀ ਬਜਾਏ ਸ਼ੈਫ ਬਣ। ਆਪਾਂ ਨਾ ਸਾਰਾ ਜਿਹੜਾ ਚੀਜ਼ ਹੈ ਨਾ ਸਾਰੀ ਇਕੱਲੀ ਇਕੱਲੀ ਦਿਖਾਉਂਦੇ ਹਾਂ ਨਾ, ਵੀ ਪੂਰੀ ਮਿਹਨਤ ਦਿਖਾਉਂਦੇ ਹਾਂ ਵੀ ਕਿੱਦਾਂ ਕੀਤੀ ਜਾਂਦੀ ਹੈ ਨਾ ਇਕੱਲੀ ਇਕੱਲੀ। ਆਹ ਦੇਖੋ ਪਹਿਲਾਂ ਇਹਨੂੰ ਕੁੱਟਿਆ ਹੁਣ ਹੈ ਨਾ, ਅਤੇ ਕੁੱਟ ਕੇ ਆ ਥੋੜ੍ਹੀ ਜਿਹੀ ਬਰੀਕ ਕੀਤੀਆਂ ਨੇ, ਅਤੇ ਹੁਣ ਬਾਕੀ ਅਗਲਿਆਂ ਦੀ ਵਾਰੀ ਹੈ। ਗਰਮੀ ਬਹੁਤ ਜ਼ਿਆਦਾ ਹੈ, ਗਰਮੀ ਬਹੁਤ ਜ਼ਿਆਦਾ, ਸਹੀ ਗੱਲ ਹੈ, ਇੰਨੀ ਗਰਮੀ ਹੈ ਨਾ, ਸੀਨ ਹੋ ਰਹੇ ਪਏ ਆ, ਮੈਨੂੰ ਨਾ ਖਾਓ। ਹੋਰ ਕੀ ਹੈ, ਹਾਂਜੀ। ਤੇ ਹੁਣ ਤੁਸੀਂ ਦੇਖੋ ਵੀ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਹੈ, ਉਬਾਲੇ ਮਾਰਦੀਆਂ ਹੋਈਆਂ। ਪਰ ਇਹ ਵਿੱਚ ਕਿਉਂ ਨਹੀਂ ਚੀਜ਼ ਉਦਾਂ ਦੀ ਵਧੀਆ ਲੱਗਦੀ ਜਿੱਦਾਂ ਆਪਾਂ ਇਦਾਂ ਨੂੰ ਐਕਚੁਅਲ 'ਚ ਵੇਖਣ ਨੂੰ ਲੱਗ ਰਹੀ ਹੈ? ਹਾਂ ਯਾਰ, ਫੋਨ 'ਚ ਨਹੀਂ ਵਧੀਆ ਲੱਗਦੀ ਹੈਗੀ, ਇੱਥੇ ਜ਼ਿਆਦਾ ਉਹ ਇੱਦਾਂ ਹੀ ਹੈ। ਕੈਮਰਾ ਤਾਂ ਫਿਰ ਕੈਮਰਾ ਹੀ ਹੈ ਯਾਰ, ਉਹਨੇ ਮਤਲਬ ਚੀਜ਼ਾਂ ਖੂਬਸੂਰਤ ਜ਼ਰੂਰ ਦਿਖਾਉਂਦਾ, ਬਟ ਜਿਹੜੀਆਂ ਅੱਖਾਂ ਨਾਲ ਆਪਾਂ ਖੂਬਸੂਰਤੀ ਦੇਖਣੀ ਹੈ, ਹੈ ਨਾ, ਉਹਦੀ ਕੋਈ ਰੀਸ ਨਹੀਂ ਹੈਗੀ। ਠੀਕ ਹੈ ਨਾ, ਹਾਂਜੀ। ਅਤੇ ਇੱਧਰ ਮੇਵੇ ਰੱਖ ਲਏ ਹੋਏ ਨੇ ਆਪਾਂ ਥੋੜ੍ਹੇ ਜਿਹੇ ਉਹ ਪੀਸ ਕੇ, ਹੈ ਨਾ। ਅਤੇ ਇੱਧਰ ਆ ਦੁੱਧ ਵੀ ਰੱਖਿਆ ਹੋਇਆ, ਵੈਸੇ ਇਹ 'ਚ ਕਸਟਰਡ ਪਾਉਣਾ ਆਪਾਂ। ਅੱਛਾ, ਕਸਟਰਡ ਪਾਉਣਾ, ਠੀਕ ਹੈ। ਹਾਂਜੀ, ਅਤੇ ਹੁਣ ਕਸਟਰਡ ਨੂੰ ਆ ਦੁੱਧ ਦੇ ਵਿੱਚ ਘੋਲਣਾ ਸ਼ੁਰੂ ਕਰਤਾ। ਰੰਗਤ ਦੇਖੋ ਕਿੰਨੀ ਸੋਹਣੀ ਆ ਰਹੀ ਨਾ, ਪਰ ਇਹਦਾ ਰੰਗ ਯਾਰ ਇਹਦੇ ਵਿੱਚ ਜਾ ਕੇ ਨਾ ਥੋੜ੍ਹਾ ਜਿਹਾ ਉਹ ਹੋ ਜਾਣਾ, ਹੈ ਨਾ, ਮਿਕਸ ਜਿਹਾ ਹੋ ਜਾਣਾ। ਹੁਣ ਤਾਂ ਇਹਨੂੰ ਯੈਲੋ ਯੈਲੋ ਲੱਗ ਰਿਹਾ ਨਾ,
ਵਾਓ, ਪਰ ਇਹਨੂੰ ਖਾਣਾ ਤਾਂ ਠੰਡਾ ਕਰਕੇ ਹੀ ਪੈਣਾ ਹਨਾ। ਚਲੋ ਕਿੰਨੀ ਦੇਰ 'ਚ ਇਹ ਹੋ ਜਾਏਗਾ, 15-20 ਮਿੰਟ 'ਚ ਠੰਡਾ ਹੋ ਜਾਏਗਾ ਫਰਿੱਜ ਦੇ ਵਿੱਚ, ਹਨਾ। ਹਾਂਜੀ, ਤੇ ਹੁਣ ਵਾਰੀ ਏ ਇਹਨੂੰ ਕਸਟਰਡ ਨੂੰ ਸੇਵੀਆਂ ਦੇ ਵਿੱਚ ਪਾਉਣ ਦੀ, ਯਾਨੀ ਕਿ ਦੁੱਧ ਵਾਲੀਆਂ ਸੇਵੀਆਂ ਦੇ ਵਿੱਚ ਪਾਉਣ ਦੀ। ਤੇ ਵਾਹ ਜੀ ਵਾਹ, ਇਹ ਰੰਗਤ ਵੀ ਆ ਜਾਣੀ ਏ ਤੇ ਫਲੇਵਰ ਵੀ ਆ ਜਾਣਾ ਆਪਣਾ, ਹਨਾ। ਪਾਦੇ ਪਾਦੇ ਜਿਹੜਾ ਬਾਕੀ ਰਹਿ ਗਿਆ ਮਾੜਾ ਜਿਹਾ, ਠੀਕ ਹੈ। ਮੇਰੇ ਹਿਸਾਬ ਨਾਲ ਥੋੜਾ ਹੋਰ ਘੋਲਣਾ ਚਾਹੀਦਾ ਸੀ ਮਨਪ੍ਰੀਤ। ਨਹੀਂ ਨਹੀਂ ਠੀਕ ਹੈ ਨਾ, ਥੋੜਾ ਜਿਹਾ ਹੋਰ ਘੋਲ ਲੈਂਦੇ ਤਾਂ ਵਧੀਆ ਸੀਗਾ। ਖੁਸ਼ਬੂ ਆਉਣੀ ਸ਼ੁਰੂ ਹੋ ਗਈ ਹੈ ਯਾਰ, ਵਾਹ, ਖੁਸ਼ਬੂ ਆਉਣੀ ਸ਼ੁਰੂ ਹੋ ਗਈ ਹੈ। ਹਾਂਜੀ, ਤੇ ਇੱਧਰ ਫਰੂਟ ਹਾਜ਼ਰ ਨੇ। ਇਹ ਆ ਗਿਆ ਅਨਾਰ, ਕੇਲਾ, ਅੰਬ, ਸੇਬ, ਠੀਕ ਹੈ। ਇੱਧਰ ਡੋਂਗਾ ਆ ਗਿਆ ਤੇ ਇੱਧਰ ਆਪਣੀ ਰੈਡੀ ਹੈ ਕਸਟਰਡ, ਠੀਕ ਹੈ ਜੀ। ਇਹਨੂੰ ਆਪਾਂ ਇੱਥੇ ਪਾ ਲਾਂਗੇ। ਹਾਂਜੀ, ਬਹੁਤ ਈਜ਼ੀ ਹੈ ਬਣਾਉਣਾ ਵੈਸੇ, ਬਹੁਤ ਈਜ਼ੀ ਹੈ ਜਿੱਦਾਂ ਸੇਵੀਆਂ ਬਣਾਉਂਦੇ ਆ ਨਾ। ਹਾਂ, ਬਸ ਥੋੜ੍ਹੀ ਜਿਹੀ ਮਿਹਨਤ ਲੱਗਦੀ ਹੈ ਬਟ ਈਜ਼ੀ ਹੈ, ਇੰਨਾ ਜ਼ਿਆਦਾ ਕੰਪਲੀਕੇਟਡ ਨਹੀਂ ਹੈਗਾ ਕਿ ਹਾਂ ਹੈ ਨਾ ਕੀ ਚੀਜ਼ ਪਹਿਲਾਂ ਪਾਈਏ ਇੱਦਾਂ। ਉਹ ਜਿੱਦਾਂ ਬਾਕੀ ਰੈਸਪੀਆਂ ਹੁੰਦੀਆਂ ਤਾਂ ਬਹੁਤ ਈਜ਼ੀ ਰੈਸਪੀ ਹੈ, ਬਸ ਥੋੜ੍ਹੀ ਮਿਹਨਤ ਲੱਗਦੀ ਹੈ ਬਸ। ਵੈਰੀ ਗੁੱਡ, ਕਈ ਵੈਸੇ ਇਹਨੂੰ ਰੋਸਟ ਕਰਕੇ ਵੀ ਪਾ ਸਕਦੇ ਆ ਆਪਾਂ। ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਇਦਾਂ ਹੀ ਬੰਦ ਕਰਕੇ ਰੱਖ ਦੇਣਾ ਵੈ ਇੱਥੇ ਫਰਿੱਜ 'ਚ। ਫਰਿੱਜ 'ਚ ਖੋਲੋ, ਚਲੋ ਉੱਪਰ ਨਾ ਰੱਖ ਦਵਾਂ। ਵਾਹ ਜੀ ਵਾਹ, ਸਾਡਾ ਕਸਟਰਡ ਦੇਖੋ ਕਿੱਦਾਂ ਵਧੀਆ, ਬੂੰਦੀ ਵਾਲਾ ਕਸਟਰਡ, ਆਹ ਹਾ ਹਾ, ਮਜ਼ਾਕ ਕਰ ਰਹੇ ਜੀ, ਬੂੰਦੀ ਵਾਲਾ ਕਸਟਰਡ ਹੈ ਰਾਇਤਾ। ਤੇ ਹੁਣ ਆਪਾਂ ਫਟਾਫਟ ਬਣਾਉਣੀ ਹੈ ਬੈਂਗਣ ਦੀ ਸਬਜ਼ੀ ਬਣਾਈ ਹੈ, ਤਾਂ ਰਾਇਤਾ ਬਣਾਇਆ ਨਾਲ, ਤੇ ਇਸ ਕਰਕੇ ਮੈਂ ਜ਼ਰੂਰ ਜੇ ਕੋਈ ਇੱਦਾਂ ਦੀ ਸਬਜ਼ੀ ਹੋਵੇ, ਟਿੰਡੇ ਜਾਂ ਫਿਰ ਹੋਰ ਕਿਹੜੀ ਸਬਜ਼ੀ, ਸ਼ਿਮਲਾ ਮਿਰਚ ਜਾਂ ਫਿਰ ਕੁਛ ਹੈ, ਸ਼ਿਮਲਾ ਮਿਰਚ ਤਾਂ ਬਹੁਤ ਟੇਸਟੀ ਹੁੰਦੀ ਹੈ, ਪਰ ਜੇ ਇੱਦਾਂ ਦੀਆਂ ਸਬਜ਼ੀਆਂ ਨਾਲ ਬਣਿਆ ਹੋਣ ਤਾਂ ਫਿਰ ਮੈਂ ਰਾਇਤਾ ਜ਼ਰੂਰ ਬਣਵਾ ਦਿੰਦਾ। ਅਤੇ ਹੁਣ ਆਪਾਂ ਰੋਟੀ ਖਾਣ ਲੱਗੇ ਹਾਂ, ਅਤੇ ਰੋਟੀ ਖਾ ਕੇ ਅਤੇ ਫਿਰ ਆਪਾਂ ਟੇਸਟ ਕਰਾਂਗੇ ਕਸਟਰਡ, ਠੀਕ ਹੈ ਜੀ। ਤੁਹਾਨੂੰ ਵੀ ਦਿਖਾਵਾਂਗੇ ਵੀ ਕਿੱਦਾਂ ਦਾ ਬਣਿਆ, ਕਿੱਦਾਂ ਦਾ ਨਹੀਂ, ਦੱਸਾਂਗੇ ਜ਼ਰੂਰ, ਠੀਕ ਹੈ ਜੀ। ਉਦੋਂ ਤੱਕ ਲਈ ਪਹਿਲਾਂ ਰੋਟੀ ਖਾ ਲਈਏ ਫਟਾਫਟ, ਫਿਰ ਤੁਹਾਨੂੰ ਮਿਲਦੇ ਹਾਂ ਫਟਾਫਟ, ਠੀਕ ਹੈ ਜੀ। ਹਾਂਜੀ, ਅਤੇ ਕਸਟਰਡ ਸਾਡਾ ਹੁਣ ਇਹਨੂੰ ਰੈਡੀ ਹੋ ਚੁੱਕਾ। ਤੁਸੀਂ ਦੇਖ ਸਕਦੇ ਹੋ ਵੀ ਫਰੂਟ ਇਹਦੇ 'ਤੇ ਕਿੱਦਾਂ ਹੈ ਨਾ ਲਿਸ਼ਕਾ ਮਾਰਦਾ ਪਿਆ। ਅਤੇ ਹੁਣ ਇਹਨੂੰ ਆਪਾਂ ਖਾ ਕੇ ਅਤੇ ਟੇਸਟ ਕਰਾਂਗੇ। ਖਾ ਕੇ ਦੱਸੋ ਯਾਰਾ ਕਿਵੇਂ ਦਾ ਲੱਗਿਆ। ਨਹੀਂ ਗੱਲ ਬਣੀ, ਨਹੀਂ ਵਧੀਆ ਬਣਿਆ, ਸ਼ਕਲ ਤਾਂ ਲੱਗਦਾ ਨਹੀਂ ਰਿਹਾ। ਮੈਂ ਖਾਣਾ ਫਿਰ ਦੱਸਦਾ।
ਤੁਹਾਡੀ ਵੀ ਘੱਟ ਮਿੱਠਾ ਥੋੜਾ ਜਿਹਾ ਘੱਟ ਹੈ ਉਹਦਾ ਬਹੁਤ ਜ਼ਿਆਦਾ ਟੇਸਟੀ ਹੈ ਪਰ ਠੰਡਾ ਹੋ ਗਿਆ ਨਾ ਜਦੋਂ ਠੰਡਾ ਇਹ ਬਣੇਗੀ ਗੱਲ ਗਰਮ ਹੈ ਹਾਂ ਟੇਸਟ ਕਰਨ ਲਈ ਹੈ ਨਾ ਅਤੇ ਬਹੁਤ ਵਧੀਆ ਬਣਿਆ ਤੁਸੀਂ ਬਣਾ ਕੇ ਦੇਖਿਓ ਜਿੱਦਾਂ ਇੱਦਾਂ ਬਣਾਇਆ ਅਤੇ ਬਹੁਤ ਜ਼ਿਆਦਾ ਮਤਲਬ ਅਲੱਗ ਜਿਹਾ ਟੇਸਟ ਹੈ ਬਹੁਤ ਘੈਂਟ ਜ਼ਿਆਦਾ ਬਹੁਤ ਘੈਂਟ ਟੇਸਟ ਵੀ ਇਹਨੂੰ ਖਾਇਓ ਇਹਨੂੰ ਖਾਇਓ ਤਾਂ ਠੰਡਾ ਕਰਕੇ ਖਾਇਓ ਫਿਰ ਮਜ਼ਾ ਆਏਗਾ ਬਹੁਤ ਜ਼ਿਆਦਾ ਘੈਂਟ ਬਣਿਆ ਅਤੇ ਹੈਲੋ ਡੈਡੀ ਤੁਸੀਂ ਮੈਨੂੰ ਸਾਡਾ ਸੁੱਤਾ ਪਿਆ ਅਤੇ ਬਾਕੀ ਹੁਣ ਇਸ ਵਲੋਗ ਨੂੰ ਕਰਦੇ ਹਾਂ ਆਪਾਂ ਇੱਥੇ ਹੀ ਐਂਡ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਨੈਕਸਟ ਰੈਸਪੀ ਜਾਂ ਕਿਸੇ ਵਧੀਆ ਵਲੋਗ ਦੇ ਨਾਲ ਠੀਕ ਹੈ ਜੀ ਅਤੇ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਵਧੀਆ ਲੱਗੀ ਹੈ ਕਮੈਂਟ ਜ਼ਰੂਰ ਕਰਕੇ ਦੱਸਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ